ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਕਿਤਿਓਂ ਆਉਂਦਾ ਪਿਆ ਸੀ ਅਤੇ ਰਸਤੇ ਵਿੱਚ ਦੇਖਿਆ ਕਿ ਛੋਟੇ ਛੋਟੇ ਕੁੱਤੇ ਕੋਈ ਰੋਡ 'ਤੇ ਹੀ ਛੱਡ ਗਿਆ, ਅਤੇ ਹੁਣ ਮੈਂ ਘਰੋਂ ਹੋ ਕੇ ਵਾਪਸ ਜਾਂਦਾ ਪਿਆ ਉਹਨਾਂ ਵੱਲ ਕਿ ਉਹਨਾਂ ਨੂੰ ਰੋਟੀ ਪਾਵਾਂ, ਵਿਚਾਰੇ ਭੁੱਖੇ ਹੋਣਗੇ। ਦੋਸਤੋ, ਤੁਸੀਂ ਦੇਖ ਸਕਦੇ ਹੋ ਕਿੰਨੇ ਵਿਚਾਰੇ ਭੁੱਖੇ ਨੇ, ਇਹਨਾਂ ਨੂੰ ਮੈਂ ਰੋਟੀ ਪਾਈ ਆ, ਰੋਟੀ ਖਾਂਦੇ ਪਏ ਆ। ਅਤੇ ਇਹ ਬਹੁਤ ਹੀ ਗਲਤ ਗੱਲ ਹੈ ਸਾਡੇ ਲੋਕਾਂ ਦੀ ਕਿ ਇਵੇਂ ਹੀ ਇਹ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਦੀ ਮਾਂ ਤੋਂ ਦੂਰ ਕਰ ਦਿੰਦੇ ਨੇ ਅਤੇ ਇਵੇਂ ਦੁੱਧ ਪੀਂਦਿਆਂ ਨੂੰ ਹੀ ਕਿਤੇ ਦੂਰ ਛੱਡ ਆਉਂਦੇ ਨੇ। ਇਹਨਾਂ ਨੂੰ ਵੀ ਇੱਦਾਂ ਹੀ ਕੋਈ ਵੀਰਾਨ ਜਗ੍ਹਾ 'ਤੇ ਛੱਡ ਗਿਆ, ਛੱਡ ਵੀ ਇਹਨਾਂ ਨੂੰ ਸੜਕ ਦੇ ਉੱਤੇ ਹੀ ਗਿਆ। ਜੇ ਸਾਈਡ ਇਹਨਾਂ ਨੂੰ ਮੈਂ ਨਾ ਦੇਖਦਾ, ਨਾ ਸਾਈਡ 'ਤੇ ਕਰਦਾ, ਤਾਂ ਇਹ ਕਿਸੇ ਕਾਰ ਥੱਲੇ ਜਾਂ ਮੋਟਰਸਾਈਕਲ ਥੱਲੇ ਆਣ ਕੇ ਮਰ ਜਾਂਦੇ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਠੰਡ ਬਹੁਤ ਆ, ਤਾਂ ਇਹ ਵਿਚਾਰੇ ਠੰਡ 'ਚ ਹੀ ਮਰ ਜਾਣੇ ਸੀ ਜੇ ਉੱਥੇ ਰਹਿੰਦੇ, ਤਾਂ ਮੈਂ ਇਹਨਾਂ ਨੂੰ ਚੁੱਕ ਕੇ ਲੈਂਦਾ, ਇਹ ਕਿਸੇ ਦੀ ਪਰਾਲੀ ਵਿੱਚ ਮੈਂ ਘੋੜਨਾ ਬਣਾ ਕੇ ਇੱਥੇ ਇਹਨਾਂ ਨੂੰ ਬਿਠਾਉਣ ਲੱਗਾ ਕਿ ਵਿਚਾਰੇ ਠੰਡ ਤੋਂ ਬਚ ਜਾਣ। ਯਾਰੋ, ਮਾਂ ਤਾਂ ਮਾਂ ਹੀ ਹੁੰਦੀ ਆ, ਭਾਵੇਂ ਉਹ ਮਨੁੱਖੀ ਰੂਪ ਵਿੱਚ ਹੋਵੇ, ਭਾਵੇਂ ਜਾਨਵਰ ਦੇ ਰੂਪ 'ਚ ਜਾਂ ਪੰਛੀ ਦੇ ਰੂਪ ਵਿੱਚ। ਇਵੇਂ ਮਾਂ ਨਾਲੋਂ ਉਹਦੇ ਬੱਚਿਆਂ ਨੂੰ ਦੂਰ ਕਰਨਾ ਬਹੁਤ ਹੀ ਗਲਤ ਗੱਲ ਆ। ਜਦੋਂ ਇਹ ਬੱਚੇ ਵੱਡੇ ਹੋ ਜਾਂਦੇ ਆ ਤਾਂ ਆਪ ਹੀ ਦੂਰ ਚਲੇ ਜਾਂਦੇ ਆ, ਤਾਂ ਲੋਕ ਕਹਿੰਦੇ ਆ ਕਿ ਗੰਦ ਬਹੁਤ ਆ ਜੀ, ਇਹਨਾਂ ਨੂੰ ਛੱਡ ਆਓ ਛੱਡ ਆਓ। ਪਰ ਇਵੇਂ ਛੋਟਿਆਂ ਛੋਟਿਆਂ ਨੂੰ ਇਵੇਂ ਦੂਰ ਕਰ ਦੇਣਾ ਬਹੁਤ ਹੀ ਗਲਤ ਗੱਲ ਆ। ਤੁਸੀਂ ਆਪ ਹੀ ਸੋਚ ਕੇ ਵੇਖੋ ਕਿ ਜੇ ਕੋਈ ਤੁਹਾਡੇ ਬੱਚੇ ਨੂੰ ਤੁਹਾਡੇ ਤੋਂ ਦੂਰ ਕਰ ਦਿੰਦਾ ਹੈ ਤਾਂ ਤੁਹਾਡੇ ਦਿਲ 'ਤੇ ਕੀ ਬੀਤਦੀ ਹੈ। ਦੋਸਤੋ, ਜਿੱਦਾਂ ਕਿ ਤੁਸੀਂ ਦੇਖਿਆ ਕਿ ਇਹਨਾਂ ਨੂੰ ਮੈਂ ਰੋਟੀ ਖਵਾ ਦਿੱਤੀ ਆ, ਅਤੇ ਹੁਣ ਇਹਨਾਂ ਨੂੰ ਮੈਂ ਘੋੜਨੇ 'ਚ ਵਾਰਨ ਲੱਗਾ, ਅਤੇ ਅੱਗੇ ਮੈਂ ਪਰਾਲੀ ਦਿੰਦਾ ਪਿਆ ਕਿ ਇਹਨਾਂ ਨੂੰ ਠੰਡ ਨਾ ਲੱਗੇ, ਉਹ ਠੰਡ ਕਾਫੀ ਆ। ਦੋਸਤੋ, ਅਗਲੀ ਸਵੇਰ ਜਦੋਂ ਆਪਾਂ ਪਰਾਲੀ ਕੋਲ ਗਏ ਜਿੱਥੇ ਇਹ ਬੱਚਿਆਂ ਨੂੰ ਰੱਖਿਆ ਹੋਇਆ ਸੀ, ਤਾਂ ਇਹ ਬੱਚੇ ਸਾਨੂੰ ਉੱਥੇ ਨਹੀਂ ਮਿਲੇ। ਕਾਫੀ ਟਾਈਮ ਲੱਭਣ ਤੋਂ ਬਾਅਦ ਆਪਾਂ ਦੇਖਿਆ ਕਿ ਇਹ ਰੋਡ 'ਤੇ ਬੈਠੇ ਹੋਏ ਸੀ। ਇਹ ਪਤਾ ਨਹੀਂ ਆਪ ਚੱਲ ਕੇ ਉੱਥੇ ਆ ਗਏ ਜਾਂ ਫਿਰ ਉਹ ਪਰਾਲੀ ਵਾਲਾ ਇਹਨਾਂ ਨੂੰ ਛੱਡ ਆਇਆ। ਦੋਸਤੋ, ਉਦੋਂ ਆਪਾਂ ਕਾਫੀ ਟਾਈਮ ਹੀ ਸੋਚਿਆ ਕਿ ਇਹਨਾਂ ਨੂੰ ਕਿੱਥੇ ਲੈ ਕੇ ਜਾਈਏ, ਇੱਥੇ ਤਾਂ ਇਹ ਵਿਚਾਰੇ ਠੰਡ 'ਚ ਮਰ ਜਾਣਗੇ। ਕਾਫੀ ਟਾਈਮ ਸੋਚਣ ਤੋਂ ਬਾਅਦ ਇਹ ਡਿਸੀਜਨ ਲਿਆ ਕਿ ਸਾਡੇ ਘਰ ਦੇ ਪਿੱਛੇ ਕਾਫੀ ਘਰ ਖਾਲੀ ਪਏ ਨੇ, ਕਿਉਂ ਨਾ ਇਹਨਾਂ ਨੂੰ ਉੱਥੇ ਲੈ ਚੱਲੀਏ। ਦੋਸਤੋ, ਜਦ ਇਹ ਸੋਚਣ ਦੀ ਲੋੜ ਤਾਂ ਪਈ ਕਿ ਲੋਕ ਤਾਂ ਸਭ ਇੱਕੋ ਜਿਹੇ ਹੁੰਦੇ ਨੇ, ਉੱਥੇ ਵੀ ਲੋਕ ਕਹਿਣਗੇ ਕਿ ਇਹਨਾਂ ਨੂੰ ਕਿੱਥੇ ਲੈ ਆਉਂਦਾ, ਇਹਨਾਂ ਨੂੰ ਛੱਡ ਕੇ ਆਓ, ਇਹ ਗੰਦ ਪਾ ਰਹੇ ਨੇ, ਲੋਕ ਗਾਲਾਂ ਵੀ ਕੱਢਣਗੇ। ਪਰ ਦੋਸਤੋ, ਇਹ ਸੋਚਿਆ ਕਿ ਗਾਲਾਂ ਸਹਿ ਲਵਾਂਗੇ, ਪਰ ਇਹ ਛੋਟੇ ਛੋਟੇ ਬੱਚੇ ਤਾਂ ਬਚ ਜਾਣਗੇ। ਅਤੇ ਦੋਸਤੋ, ਆਖਿਰਕਾਰ ਆਪਾਂ ਇਹਨਾਂ ਨੂੰ ਇੱਥੇ ਲੈ ਆਉਂਦਾ, ਅਤੇ ਹੁਣ ਆਪਾਂ ਇਹਨਾਂ ਨੂੰ ਦੁੱਧ ਪਿਆਉਂਦੇ ਪਏ ਹਾਂ ਕਿ ਪਤਾ ਨਹੀਂ ਵਿਚਾਰੇ ਕਿੰਨੇ ਦਿਨਾਂ ਤੋਂ ਭੁੱਖੇ ਹੋਣਗੇ। ਯਾਰੋ, ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਰਹਿਣ ਵਾਸਤੇ ਆਪਾਂ ਪਰਾਲੀ ਵੀ ਰੱਖੀ ਆ, ਉੱਪਰ ਤੂੜੀ ਵੀ ਪਾਈ ਆ, ਅਤੇ ਇਹਨਾਂ ਨੂੰ ਬਿਠਾ ਕੇ ਉੱਪਰ ਫਿਰ ਆਪਾਂ ਪਰਾਲੀ ਦੇ ਦਾਂਗੇ ਕਿ ਇਹਨਾਂ ਨੂੰ ਠੰਡ ਨਾ ਲੱਗੇ।
ਆਪਾਂ ਯਾਰ ਉਹ ਅਗਲੀ ਸਵੇਰ ਆਏ ਇਹਨਾਂ ਕੋਲੇ ਤਾਂ ਇਹ ਆਪਸ ਵਿੱਚ ਖੇਡਦੇ ਪਏ ਸੀ, ਕਹਿ ਲਵੋ ਕਿ ਕਾਫੀ ਖੁਸ਼ ਸੀ, ਤੇ ਹੁਣ ਆਪਾਂ ਇਹਨਾਂ ਨੂੰ ਦੁੱਧ ਪਿਉਂਦੇ ਪਏ ਆ। ਦੋਸਤੋ ਤੁਹਾਨੂੰ ਰਿਕੁਐਸਟ ਹੈ ਕਿ ਜੇ ਤੁਸੀਂ ਵੀ ਕਿਤੇ ਇੱਦਾਂ ਛੋਟੇ ਛੋਟੇ ਇਵੇਂ ਬੱਚੇ ਦੇਖਦੇ ਹੁੰਦੇ ਹੋ ਤਾਂ ਉਹਨਾਂ ਦੀ ਜ਼ਰੂਰ ਹੈਲਪ ਕਰਿਆ ਕਰੋ, ਉਹਨਾਂ ਨੂੰ ਉੱਥੇ ਰੋਟੀ ਹੀ ਪਾਇਆ ਕਰੋ, ਕਿਉਂਕਿ ਪਤਾ ਨਹੀਂ ਕਿੰਨੇ ਹਜ਼ਾਰਾਂ ਬੱਚੇ ਇਵੇਂ ਹੀ ਲੋਕ ਛੱਡ ਆਉਂਦੇ ਨੇ ਅਤੇ ਉਹ ਵਿਚਾਰੇ ਉੱਥੇ ਭੁੱਖ ਨਾਲ ਹੀ ਤੜਫ ਤੜਫ ਕੇ ਮਰ ਜਾਂਦੇ ਨੇ। ਕਈ ਲੋਕ ਇਹ ਸੋਚਦੇ ਹੋਣਗੇ ਕਿ ਯਾਰ ਇਹ ਤਾਂ ਲੋਕਾਂ ਨੂੰ ਖਾ ਜਾਂਦੇ ਨੇ, ਪਰ ਯਾਰੋ ਇੱਥੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਰੇ ਕੁੱਤੇ ਇੱਕੋ ਜਿਹੇ ਨਹੀਂ ਹੁੰਦੇ ਅਤੇ ਸਾਰੇ ਮਨੁੱਖ ਵੀ ਇੱਕੋ ਜਿਹੇ ਨਹੀਂ ਹੁੰਦੇ। ਮਨੁੱਖ ਜਾਨਵਰਾਂ ਨੂੰ ਮਾਰ ਮਾਰ ਖਾਈ ਜਾਂਦਾ ਏ ਅਤੇ ਮਨੁੱਖ ਹੀ ਮਨੁੱਖ ਨੂੰ ਮਾਰੀ ਜਾਂਦਾ ਏ, ਇਹ ਤਾਂ ਫਿਰ ਵੀ ਜਾਨਵਰ ਨੇ। ਯਾਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਸ਼ੇਅਰ ਇਸ ਲਈ ਕਰ ਦਿਓ ਕੀ ਪਤਾ ਇਸ ਵੀਡੀਓ ਨੂੰ ਦੇਖ ਕੇ ਕਿਸੇ ਦੇ ਦਿਲ 'ਚ ਰਹਿਮ ਆ ਜਾਵੇ ਅਤੇ ਉਹ ਵੀ ਇਵੇਂ ਕਿਸੇ ਛੋਟੇ ਜਾਨਵਰ ਦੀ ਮਦਦ ਕਰ ਦੇਵੇ। ਸੋ ਇੰਨਾ ਹੀ ਕਹਿੰਦਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।